ਅਸਲਾਮ ਵਾਲੇਕੁਮ ਦੋਸਤੋ, ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ। ਦੋਸਤੋ, ਅੱਜ ਮੈਂ ਆਪ ਸਭ ਲਈ ਬਾਬਾ ਖੇਤਰਪਾਲ ਜੀ ਦਾ ਬਹੁਤ ਹੀ ਸ਼ਕਤੀਸ਼ਾਲੀ ਪਾਠ, ਬਹੁਤ ਹੀ ਸ਼ਕਤੀਸ਼ਾਲੀ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ। ਜਿਵੇਂ ਕਿ ਤੁਸੀਂ ਆਪ ਸਭ ਜਾਣਦੇ ਹੋ ਕਿ ਇੱਕ ਵਾਰ ਕਿਸੇ ਭਗਤ 'ਤੇ ਖੇਤਰਪਾਲ ਬਾਬਾ ਜੀ ਦੀ ਕਿਰਪਾ ਹੋ ਜਾਵੇ ਤਾਂ ਫਿਰ ਉਸਦਾ ਕੋਈ ਵੀ ਬੁਰਾ ਨਹੀਂ ਕਰ ਸਕਦਾ, ਉਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਦੂ ਟੋਣਾ ਨਹੀਂ ਚੱਲ ਸਕਦਾ, ਕਿਸੇ ਵੀ ਤਰ੍ਹਾਂ ਦੀ ਬੁਰੀ ਸ਼ਕਤੀ ਉਸ 'ਤੇ ਹਾਵੀ ਨਹੀਂ ਹੋ ਸਕਦੀ। ਕੋਈ ਵੀ ਦੁਸ਼ਮਣ ਉਸ ਭਗਤ ਦਾ ਬਾਲ ਵੀ ਬਾਂਕਾ ਨਹੀਂ ਕਰ ਸਕਦਾ, ਕਿਉਂਕਿ ਖੇਤਰਪਾਲ ਬਾਬਾ ਜੀ ਇੱਕ ਬਹੁਤ ਹੀ ਵੱਡੀ ਸ਼ਕਤੀ ਦੇ ਮਾਲਕ ਨੇ ਅਤੇ ਆਪਣੇ ਭਗਤਾਂ ਦੀ ਹਮੇਸ਼ਾ ਰੱਖਿਆ ਕਰਦੇ ਨੇ, ਬੁਰੀਆਂ ਬਲਾਵਾਂ ਤੋਂ ਹਿਫਾਜ਼ਤ ਕਰਦੇ ਨੇ। ਬਹੁਤ ਸਾਰੇ ਬਾਬਾ ਖੇਤਰਪਾਲ ਜੀ ਦੇ ਭਗਤਾਂ ਦੇ ਕਮੈਂਟ ਆਏ ਸੀ ਕਿ ਬਾਬਾ ਖੇਤਰਪਾਲ ਜੀ ਦੀ ਕੋਈ ਆਸਾਨ ਕਲਾਮ ਦਿੱਤੀ ਜਾਵੇ, ਜਿਸ ਨੂੰ ਸਿੱਧ ਕਰਕੇ ਅਸੀਂ ਬਾਬਾ ਖੇਤਰਪਾਲ ਜੀ ਦੀ ਕਿਰਪਾ ਦਿਆ ਦ੍ਰਿਸ਼ਟੀ ਪ੍ਰਾਪਤ ਕਰ ਸਕੀਏ। ਤੋ ਉਹਨਾਂ ਸਾਰੇ ਭਗਤਾਂ ਲਈ ਬਾਬਾ ਖੇਤਰਪਾਲ ਜੀ ਦੀ ਅੱਜ ਦੀ ਕਲਾਮ ਹੈ। ਦੋਸਤੋ, ਇਹ ਸਾਧਨਾ ਬਾਬਾ ਖੇਤਰਪਾਲ ਜੀ ਦੀ ਜੋ ਹੈ ਇਹ ਸਾਤਵਿਕ ਸਾਧਨਾ ਹੈ ਅਤੇ ਇਸ ਕਲਾਮ ਨੂੰ ਸਿੱਧ ਕਰਨ ਲਈ ਤੁਹਾਨੂੰ 41 ਦਿਨ ਦਾ ਸਮਾਂ ਲੱਗੇਗਾ। 41 ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗਣ ਲੱਗ ਜਾਵੇਗਾ ਕਿ ਤੁਹਾਡੇ 'ਤੇ ਬਾਬਾ ਖੇਤਰਪਾਲ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ, ਤੁਹਾਡੇ ਵਿਗੜੇ ਕੰਮ ਬਣਨੇ ਸ਼ੁਰੂ ਹੋ ਜਾਣਗੇ, ਤਰੱਕੀਆਂ ਵੱਲ ਨੂੰ ਤੁਹਾਡੇ ਕਦਮ ਵਧਣ ਲੱਗ ਜਾਣਗੇ, ਆਪਣੇ ਆਪ ਹੀ ਤਰੱਕੀਆਂ ਦੇ ਰਸਤੇ ਖੁੱਲ੍ਹ ਜਾਣਗੇ, ਘਰ ਵਿੱਚ ਬਰਕਤਾਂ ਆਉਣਗੀਆਂ। ਜੇਕਰ ਕੋਈ ਵੀ ਬੁਰਾ ਸਾਇਆ ਤੁਹਾਡੇ ਘਰ ਦੇ ਵਿੱਚ ਹੋਵੇਗਾ ਉਹ ਵੀ ਚਲਾ ਜਾਵੇਗਾ, ਜਾਂ ਫਿਰ ਘਰ ਦੇ ਮੈਂਬਰਾਂ 'ਤੇ ਕੋਈ ਵੀ ਅਲਬਲਾ ਹੋਵੇਗੀ ਉਹ ਵੀ ਪਾਸੇ ਹਟ ਜਾਵੇਗੀ। ਦੋਸਤੋ, ਇਸ ਸਾਧਨਾ ਨੂੰ ਤੁਸੀਂ ਜੰਡ ਦੇ ਦਰਖਤ ਥੱਲੇ ਵੀ ਕਰ ਸਕਦੇ ਹੋ, ਜੇ ਉੱਥੇ ਨਹੀਂ ਕਰਨੀ ਤਾਂ ਆਪਣੇ ਘਰ ਵਿੱਚ ਵੀ ਤੁਸੀਂ ਇਸ ਸਾਧਨਾ ਨੂੰ ਕਰ ਸਕਦੇ ਹੋ। ਘਰ ਵਿੱਚ ਇਸ ਸਾਧਨਾ ਨੂੰ ਕਰਨ ਦੇ ਲਈ ਤੁਸੀਂ ਇੱਕ ਬਾਬਾ ਖੇਤਰਪਾਲ ਜੀ ਦੀ ਫੋਟੋ ਰੱਖਣੀ ਹੈ ਆਪਣੇ ਸਾਹਮਣੇ ਜਿਸ ਵੇਲੇ ਸਾਧਨਾ ਕਰਨੀ ਹੈ, ਅਤੇ ਸਰੋਂ ਦੇ ਤੇਲ ਦਾ ਚਿਰਾਗ ਰੋਸ਼ਨ ਕਰਨਾ ਹੈ। ਬਾਬਾ ਖੇਤਰਪਾਲ ਜੀ ਦਾ ਨਾਮ ਲੈ ਕੇ ਸਰੋਂ ਦੇ ਤੇਲ ਦਾ ਚਿਰਾਗ ਰੋਸ਼ਨ ਕਰਨਾ ਹੈ। ਦੋਸਤੋ, ਇਸ ਕਲਾਮ ਦੇ ਵਿੱਚ ਬਾਬਾ ਖੇਤਰਪਾਲ ਜੀ ਦੇ ਨਾਲ ਨਾਲ ਮਾਤਾ ਮਸਾਣੀ ਵੀ ਚੱਲਦੀ ਹੈ। ਇਸ ਇੱਕ ਕਲਮੇ ਨੂੰ ਸਿੱਧ ਕਰਕੇ ਤੁਸੀਂ ਹਰ ਇੱਕ ਕੰਮ ਕਰ ਸਕਦੇ ਹੋ। ਬਾਬਾ ਖੇਤਰਪਾਲ ਜੀ ਦੀ ਸ਼ਕਤੀ ਦੇ ਨਾਲ ਤੁਸੀਂ ਕੋਈ ਵੀ ਆਪਣਾ ਕਾਰਜ ਸਿੱਧ ਕਰ ਸਕਦੇ ਹੋ, ਆਪਣੇ ਵਿਗੜੇ ਹੋਏ ਕੰਮ ਨੂੰ ਸਵਾਰ ਸਕਦੇ ਹੋ, ਦੂਜਿਆਂ ਦਾ ਭਲਾ ਕਰ ਸਕਦੇ ਹੋ, ਅਤੇ ਮਾਤਾ ਮਸਾਣੀ ਦੀ ਸ਼ਕਤੀ ਦੇ ਨਾਲ ਕਿਸੇ ਵੀ ਗੰਦੇ ਸਾਏ ਤੋਂ, ਕਿਸੇ ਵੀ ਘੋਰੀ ਦੇ ਪਹਿਰੇ ਤੋਂ ਜਾਂ ਫਿਰ ਮਸਾਣ ਦੇ ਪਹਿਰੇ ਤੋਂ ਤੁਸੀਂ ਆਪਣੀ ਰੱਖਿਆ ਕਰ ਸਕਦੇ ਹੋ, ਹਿਫਾਜ਼ਤ ਕਰ ਸਕਦੇ ਹੋ। ਮਾਤਾ ਮਸਾਣੀ ਦੇ ਨਾਮ ਦਾ ਤੁਸੀਂ ਇੱਕ ਸ਼ਿੰਗਾਰ ਦਾ ਪੈਕਟ ਲੈ ਕੇ ਆਉਣਾ ਹੈ, ਦੋ ਬੂੰਦੀ ਵਾਲੇ ਲੱਡੂ ਲੈਣੇ ਨੇ, ਦੋ ਮੌਲੀ ਦੇ ਗੋਲੇ ਲੈਣੇ ਨੇ, ਇੱਕ 1.25 ਮੀਟਰ ਲਾਲ ਕੱਪੜਾ ਲੈਣਾ ਹੈ, ਇੱਕ ਚੁੰਨੀ ਲੈਣੀ ਹੈ ਮਾਤਾ ਮਸਾਣੀ ਦੇ ਨਾਮ ਦੀ, ਇੱਕ ਪਾਣੀ ਵਾਲਾ ਨਾਰੀਅਲ, 7 ਪਤਾਸੇ, 7 ਲੌਂਗ, 7 ਇਲਾਇਚੀਆਂ। ਦੋਸਤੋ, ਇਹ ਸਾਰੀ ਸਮੱਗਰੀ ਤੁਸੀਂ ਪਹਿਲੇ ਦਿਨ ਅਤੇ ਸਾਧਨਾ ਦੇ ਆਖਰੀ ਦਿਨ ਦੇਣੀ ਹੈ।
ਐਤਵਾਰ ਦੇ ਦਿਨ ਤੋਂ ਤੁਸੀਂ ਸਾਧਨਾ ਸ਼ੁਰੂ ਕਰਨੀ ਹੈ। ਐਤਵਾਰ ਵਾਲੇ ਦਿਨ ਤੁਸੀਂ ਇਹ ਸਮੱਗਰੀ ਆਪਣੇ ਕੋਲ ਰੱਖ ਕੇ ਪਾਠ ਜਿਹੜਾ ਤੁਹਾਨੂੰ ਦੱਸਾਂਗਾ ਉਸ ਮੰਤਰ ਦਾ ਜਾਪ ਕਰਕੇ ਇਹ ਸਾਰੀ ਸਮੱਗਰੀ ਲਾਲ ਕੱਪੜੇ ਵਿੱਚ ਲਪੇਟ ਕੇ ਕਿਸੇ ਜੰਡ ਦੇ ਦਰਖਤ ਹੇਠਾਂ ਰੱਖ ਕੇ ਆਉਣੀ ਹੈ ਜਾਂ ਫਿਰ ਕਿਸੇ ਸੁਨਸਾਨ ਜਗ੍ਹਾ 'ਤੇ ਰੱਖ ਕੇ ਆਉਣੀ ਹੈ। ਪਹਿਲੇ ਅਤੇ ਆਖਰੀ ਦਿਨ ਇਹ ਸਮੱਗਰੀ ਦੇਣੀ ਹੈ। ਵਿਚਲੇ ਦਿਨਾਂ ਵਿੱਚ ਤੁਸੀਂ ਜਦ ਵੀ ਮੰਤਰ ਜਾਪ ਕਰਨਾ ਹੈ ਤਾਂ 2 ਲੱਡੂ ਬੂੰਦੀ ਵਾਲੇ ਆਪਣੇ ਕੋਲ ਰੱਖਣੇ ਨੇ, 1 ਜਲ ਦਾ ਗੜਵਾ ਰੱਖਣਾ ਹੈ ਅਤੇ ਪਾਠ ਕਰਨ ਤੋਂ ਬਾਅਦ ਤੁਸੀਂ ਉਹ 2 ਬੂੰਦੀ ਵਾਲੇ ਲੱਡੂ ਚੱਕ ਕੇ ਕਿਸੇ ਵੀ ਦਰਵੇਸ਼ ਨੂੰ, ਕਿਸੇ ਵੀ ਡੋਗੀ ਨੂੰ ਪਾ ਦੇਣੇ ਆ ਅਤੇ ਜਿਹੜਾ ਜਲ ਹੋਵੇਗਾ ਉਸਨੂੰ ਤੁਸੀਂ ਪੀ ਸਕਦੇ ਹੋ ਅਤੇ ਆਪਣੇ ਘਰ ਵਿੱਚ ਛਿੱਟਾ ਦੇ ਸਕਦੇ ਹੋ। ਜ਼ਮੀਨ 'ਤੇ ਬੈਠ ਕੇ ਤੁਸੀਂ ਮੰਤਰ ਜਾਪ ਕਰਨਾ ਹੈ। ਕਿਸੇ ਵੀ ਰੰਗ ਦੇ ਕੱਪੜੇ ਪਾ ਕੇ, ਕਿਸੇ ਵੀ ਰੰਗ ਦਾ ਆਸਣ ਵਿਛਾ ਕੇ ਅਤੇ 108 ਮਣਕਿਆਂ ਵਾਲੀ ਮਾਲਾ 'ਤੇ ਜਾਪ ਕਰਨਾ ਹੈ। ਹਰ ਰੋਜ਼ ਘੱਟ ਤੋਂ ਘੱਟ 5 ਮਾਲਾ ਜਾਪ ਤਾਂ ਹਰ ਰੋਜ਼ ਕਰਨਾ ਹੀ ਕਰਨਾ ਹੈ, ਇਸ ਤੋਂ ਵੱਧ ਵੀ ਤੁਸੀਂ ਕਰ ਸਕਦੇ ਹੋ। ਸੂਰਜ ਛੁਪਣ ਤੋਂ ਬਾਅਦ ਤੁਸੀਂ ਮੰਤਰ ਜਾਪ ਸ਼ੁਰੂ ਕਰਨਾ ਹੈ। ਐਤਵਾਰ ਦੇ ਦਿਨ ਤੋਂ, ਸ਼ੁਕਲ ਪਕਸ਼ ਦੇ ਐਤਵਾਰ ਦੇ ਦਿਨ ਤੋਂ ਤੁਸੀਂ ਇਹ ਸਾਧਨਾ ਸ਼ੁਰੂ ਕਰਨੀ ਹੈ। ਦੋਸਤੋ, ਹੁਣ ਮੈਂ ਤੁਹਾਨੂੰ ਇਹ ਮੰਤਰ ਦੱਸਣ ਜਾ ਰਿਹਾ ਹਾਂ। ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ। ਸਤਨਾਮ ਆਦੇਸ਼ ਗੁਰੂ ਕੋ, ਧੰਨ ਧੰਨ ਬਾਬਾ ਖੇਤਰਪਾਲ, ਮਾਤਾ ਮਸਾਣੀ ਚੱਲੇ ਤੇਰੇ ਨਾਲ, ਆਪਣੀ ਚੌਂਕੀ ਲਗਾਉਂਦਾ ਆਵੀਂ, ਦੂਜਿਆਂ ਦੀ ਚੌਂਕੀ ਉਠਾਉਂਦਾ ਆਵੀਂ, ਹੱਸਦਾ ਆਵੇ ਖੇਡਦਾ ਆਵੇ, ਆਵੇ ਬਾਬਾ ਖੱਤਰੀ ਖੇਤਰਪਾਲ, ਬਾਬਾ ਤੈਨੂੰ ਸਿਰ ਤਰ੍ਹਾਂ ਜੰਡ ਦੇ ਥੱਲੇ ਭੋਗ ਲਗਾਵਾਂ, ਐਤਵਾਰ ਚੱਲੇ ਮੰਤਰ ਫੁਰੇ ਵਾਚਾ, ਦੇਖਾਂ ਬਾਬਾ ਖੇਤਰਪਾਲ ਤੇਰੀ ਕਲਾਮ ਕਾ ਤਮਾਸ਼ਾ। ਦੋਸਤੋ, ਬਹੁਤ ਹੀ ਸ਼ਕਤੀਸ਼ਾਲੀ ਇਹ ਸਾਧਨਾ ਹੈ। ਜਿਹੜਾ ਵੀ ਸਾਧਨਾ ਨੂੰ ਕਰਦਾ ਹੈ ਉਸਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ। ਬਾਬਾ ਖੇਤਰਪਾਲ ਜੀ ਉਸਨੂੰ ਕਿਸੇ ਵੀ ਚੀਜ਼ ਦੀ ਤੰਗੀ ਨਹੀਂ ਆਉਣ ਦਿੰਦੇ ਅਤੇ ਕਿਸੇ ਵੀ ਮੁਸੀਬਤ ਵਿੱਚ ਆਪਣੇ ਭਗਤ ਨੂੰ ਨਹੀਂ ਪੈਣ ਦਿੰਦੇ, ਕਿਉਂਕਿ ਅੱਜ ਕੱਲ੍ਹ ਬਹੁਤ ਹੀ ਮਾੜਾ ਸਮਾਂ ਚੱਲ ਰਿਹਾ ਹੈ। ਲੋਕ ਛੋਟੀਆਂ ਮੋਟੀਆਂ ਗੱਲਾਂ ਕਰਕੇ ਹੀ ਇੱਕ ਦੂਜੇ 'ਤੇ ਟੂਣੇ ਟੱਪੇ ਕਰਾਉਣੇ ਸ਼ੁਰੂ ਕਰ ਦਿੰਦੇ ਨੇ। ਚੇਲਿਆਂ ਕੋਲ ਜਾ ਕੇ, ਬਾਬਿਆਂ ਕੋਲ ਜਾ ਕੇ ਦੂਸਰਿਆਂ ਦਾ ਮਾੜਾ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸ ਲਈ ਇਹਨਾਂ ਗੱਲਾਂ ਤੋਂ ਬਚਾਅ ਦੇ ਲਈ, ਆਪਣੇ ਦੁਸ਼ਮਣਾਂ ਤੋਂ ਬਚਾਅ ਦੇ ਲਈ ਆਪਣੇ ਹੱਥ ਵਿੱਚ ਥੋੜ੍ਹੀ ਬਹੁਤੀ ਪਾਵਰ, ਥੋੜ੍ਹੀ ਬਹੁਤੀ ਸ਼ਕਤੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਦਾ ਬੇਸ਼ੱਕ ਨਾ ਸਹੀ ਆਪਣਾ ਹੀ ਭਲਾ ਕਰ ਸਕੀਏ, ਆਪਣੇ ਆਪ ਨੂੰ ਹੀ ਦੁਸ਼ਮਣਾਂ ਤੋਂ ਬਚਾ ਸਕੀਏ, ਆਪਣੇ ਪਰਿਵਾਰ ਨੂੰ ਬੁਰੀਆਂ ਸ਼ਕਤੀਆਂ ਤੋਂ, ਬੁਰੀਆਂ ਸ਼ਕਤੀਆਂ ਦੇ ਅਸਰ ਤੋਂ ਸੁਰੱਖਿਅਤ ਰੱਖ ਸਕੀਏ। 41 ਦਿਨ ਤੱਕ ਬਿਲਕੁਲ ਸਾਫ਼ ਪਾਕ ਰਹਿਣਾ ਹੈ। ਇਕਾਂਤ ਕਮਰੇ ਵਿੱਚ ਸਾਧਨਾ ਕਰਨੀ ਹੈ ਜਿੱਥੇ ਤੁਹਾਡੇ ਤੋਂ ਇਲਾਵਾ ਹੋਰ ਕੋਈ ਵੀ ਨਾ ਆਵੇ ਜਾਵੇ। ਹਰ ਰੋਜ਼ ਸਰੋਂ ਦੇ ਤੇਲ ਦਾ ਦੀਪਕ ਚਿਰਾਗ ਰੋਸ਼ਨ ਜ਼ਰੂਰ ਕਰਨਾ ਹੈ। ਬਾਬਾ ਖੇਤਰਪਾਲ ਜੀ ਦੇ ਨਾਮ ਦਾ ਧੂਫ ਅਗਰਬੱਤੀ ਜਗਾਉਣੀ ਹੈ। ਆਪਣੇ ਕਮਰੇ ਵਿੱਚ ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ। ਗੰਗਾ ਜਲ ਵਿੱਚ ਕੱਚਾ ਦੁੱਧ ਮਿਲਾ ਕੇ, ਕੱਚੀ ਲੱਸੀ ਬਣਾ ਕੇ ਤੁਸੀਂ ਆਪਣੇ ਕਮਰੇ ਨੂੰ ਛਿੱਟਾ ਦੇ ਕੇ ਸ਼ੁੱਧ ਕਰਨਾ ਹੈ। ਉਸ ਤੋਂ ਬਾਅਦ ਸਾਧਨਾ ਸ਼ੁਰੂ ਕਰਨੀ ਹੈ। ਉਸ ਤੋਂ ਬਾਅਦ ਤੁਹਾਨੂੰ ਆਪ ਹੀ ਬਾਬਾ ਖੇਤਰਪਾਲ ਜੀ ਦੀ ਸ਼ਕਤੀ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ, ਕਿਰਪਾ ਦਾ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ। ਸੋ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ
ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲਮੀ ਮੰਤਰ ਪਾਠ, ਦੁਆ ਫਰਿਆਦ, ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।